ਹਾਂਜੀ ਬੇਟਾ, ਸੋ ਅੱਜ ਦਾ ਆਪਣਾ ਲੈਕਚਰ ਹੈਗਾ ਆ, ਨੈਕਸਟ ਆਪਾਂ ਚੈਪਟਰ ਸਟਾਰਟ ਕਰਨਾ ਹੈ, ਦੈਟ ਇਜ਼ ਏਅਰ ਕੰਪਰੈਸਰ। ਠੀਕ ਹੈ, ਇਸ ਚੈਪਟਰ ਦੇ ਬੇਸ ਦੇ ਉੱਪਰ ਆਪਾਂ ਇੱਕ ਪ੍ਰੈਕਟੀਕਲ ਪਰਫਾਰਮ ਕਰ ਲਿਆ ਸੀਗਾ, ਦੈਟ ਇਜ਼ ਸਰਵਿਸਿੰਗ ਐਂਡ ਰਿਪੇਅਰ ਆਫ ਐਨ ਏਅਰ ਕੰਪਰੈਸਰ। ਠੀਕ ਹੈ, ਸੋ ਅੱਜ ਅਸੀਂ ਇਹਦਾ ਥਿਊਰੀ ਪਾਰਟ ਕਰਨਾ ਹੈ ਇਸ ਚੈਪਟਰ ਦੇ ਵਿੱਚ, ਕੀ ਕੀ ਕੰਪੋਨੈਂਟਸ ਯੂਜ਼ ਹੁੰਦੇ ਆ ਇੱਕ ਏਅਰ ਕੰਪਰੈਸਰ ਦੇ ਵਿੱਚ, ਕਿੰਨੀਆਂ ਕਲਾਸੀਫਿਕੇਸ਼ਨ ਹੈਗੀਆਂ ਇੱਕ ਏਅਰ ਕੰਪਰੈਸਰ ਦੀਆਂ। ਠੀਕ ਹੈ, ਵਟ ਇਜ਼ ਪੋਜ਼ਿਟਿਵ ਡਿਸਪਲੇਸਮੈਂਟ, ਵਟ ਇਜ਼ ਰੋਟਰੀ ਕੰਪਰੈਸਰ, ਵਟ ਇਜ਼ ਰੈਸੀਪ੍ਰੋਕੇਟਿੰਗ ਕੰਪਰੈਸਰ, ਇਹ ਸਾਰਾ ਕੁਝ ਸਟੱਡੀ ਕਰਨਾ। ਸੋ ਸਭ ਤੋਂ ਪਹਿਲਾਂ ਕਿ ਏਅਰ ਕੰਪਰੈਸਰ ਹੈ ਕੀ ਚੀਜ਼ ਆ। ਠੀਕ ਹੈ, ਉਸ ਦਿਨ ਤੁਹਾਨੂੰ ਪ੍ਰੈਕਟੀਕਲ ਦੇ ਵਿੱਚ ਵੀ ਕਰਵਾਇਆ ਸੀ। ਏਅਰ ਕੰਪਰੈਸਰ ਇਜ਼ ਅ ਡਿਵਾਈਸ ਵਿਚ ਕੰਪਰੈਸ ਦੀ ਏਅਰ ਐਂਡ ਰੇਜ਼ ਇਟਸ ਪ੍ਰੈਸ਼ਰ। ਇੱਕ ਇਸ ਤਰ੍ਹਾਂ ਦਾ ਡਿਵਾਈਸ ਆ ਜੋ ਕਿ ਹਵਾ ਨੂੰ ਕੰਪਰੈਸ ਕਰਦਾ ਹੈ ਅਤੇ ਉਹਦਾ ਟੈਂਪਰੇਚਰ ਇਨਕਰੀਜ਼ ਕਰ ਦਿੰਦਾ ਹੈ। ਦੀ ਏਅਰ ਕੰਪਰੈਸਰ ਸਕਸ ਏਅਰ ਫਰੋਮ ਦੀ ਐਟਮੋਸਫੇਅਰ, ਕੰਪਰੈਸ ਇਟ ਐਂਡ ਡਿਲੀਵਰ ਦੀ ਕੰਪਰੈਸਡ ਏਅਰ ਟੂ ਸਟੋਰੇਜ ਵੈਸਲ। ਸੋ ਏਅਰ ਕੰਪਰੈਸਰ ਕੀ ਕਰਦਾ ਆ, ਇਨਵਾਇਰਮੈਂਟ ਦੇ ਵਿੱਚੋਂ ਹਵਾ ਨੂੰ ਖਿੱਚਦਾ ਆ, ਠੀਕ ਹੈ, ਉਹਨੂੰ ਕੰਪਰੈਸ ਕਰਦਾ ਆ ਅਤੇ ਕੰਪਰੈਸ ਕਰਨ ਤੋਂ ਬਾਅਦ ਉਹਨੂੰ ਡਿਲੀਵਰ ਕਰਦਾ ਆ ਹਾਈ ਪ੍ਰੈਸ਼ਰ 'ਤੇ ਇੱਕ ਸਟੋਰੇਜ ਵੈਸਲ ਦੇ ਵਿੱਚ। ਠੀਕ ਹੈ, ਸੋ ਏਅਰ ਕੰਪਰੈਸਰ ਸਾਰਿਆਂ ਨੇ ਉਸ ਦਿਨ ਦੇਖ ਲਿਆ ਸੀਗਾ ਪ੍ਰੈਕਟੀਕਲ ਦੇ ਵਿੱਚ। ਸੋ ਕਿੱਥੇ ਕਿੱਥੇ ਆਪਾਂ ਯੂਜ਼ ਕਰਦੇ ਹਾਂ ਏਅਰ ਕੰਪਰੈਸਰ ਨੂੰ? ਸੋ ਕਈ ਜਗ੍ਹਾ 'ਤੇ ਇਹਦੀ ਯੂਜ ਹੈਗੀ ਆ, ਫੋਰ ਐਗਜ਼ਾਮਪਲ ਬਲਾਸਟ ਫਰਨੈਸਿਸ ਦੇ ਵਿੱਚ, ਲਿਫਟ ਦੇ ਵਿੱਚ, ਕਈ ਪੰਪਸ ਦੇ ਵਿੱਚ ਏਅਰ ਕੰਪਰੈਸਰ ਯੂਜ਼ ਹੁੰਦਾ ਆ। ਠੀਕ ਹੈ, ਫੈਕਟਰੀਜ਼ ਦੇ ਵਿੱਚ, ਡਰਿਲ ਦੇ ਵਿੱਚ, ਐਗਰੀਕਲਚਰ ਸੈਕਟਰ ਦੇ ਵਿੱਚ, ਇਸ ਤੋਂ ਇਲਾਵਾ ਹੋਰ ਵੀ ਕਈ ਜਗ੍ਹਾ 'ਤੇ ਏਅਰ ਕੰਪਰੈਸਰ ਦਾ ਯੂਜੇਜ ਹੈਗਾ। ਠੀਕ ਹੈ, ਸੋ ਸਭ ਤੋਂ ਜਿਹੜਾ ਮੇਨ ਕੁਸ਼ਚਨ ਹੈਗਾ ਆ ਕਿ ਆਪਾਂ ਇੱਕ ਏਅਰ ਕੰਪਰੈਸਰ ਨੂੰ ਕਿਸ ਤਰ੍ਹਾਂ ਕਲਾਸੀਫਾਈ ਕਰ ਸਕਦੇ ਹਾਂ, ਕਿਸ ਤਰ੍ਹਾਂ ਉਹਨੂੰ ਡਿਵਾਈਡ ਕਰ ਸਕਦੇ ਹਾਂ ਅਲੱਗ ਅਲੱਗ ਕੈਟਾਗਰੀ ਦੇ ਅਕੋਰਡਿੰਗ। ਸੋ ਸਰ, ਜਿਹੜੀ ਸਭ ਤੋਂ ਫਸਟ ਕੈਟਾਗਰੀ ਹੈਗੀ ਆ ਕਿ ਆਪਾਂ ਇੱਕ ਏਅਰ ਕੰਪਰੈਸਰ ਨੂੰ ਡਿਵਾਈਡ ਕਰ ਸਕਦੇ ਹਾਂ, ਕਲਾਸੀਫਾਈ ਕਰ ਸਕਦੇ ਹਾਂ, ਦੈਟ ਇਜ਼ ਅਕੋਰਡਿੰਗ ਟੂ ਵਰਕਿੰਗ, ਉਹਦੀ ਵਰਕਿੰਗ ਦੇ ਅਕੋਰਡਿੰਗ। ਇੱਕ ਏਅਰ ਕੰਪਰੈਸਰ ਕਿਸ ਤਰ੍ਹਾਂ ਕੰਮ ਕਰ ਰਿਹਾ ਆ ਉਹਦੀ ਵਰਕਿੰਗ ਦੇ ਅਕੋਰਡਿੰਗ ਉਹਨੂੰ ਡਿਵਾਈਡ ਕਰਾਂਗੇ। ਸੋ ਏਅਰ ਕੰਪਰੈਸਰ ਦੋ ਤਰ੍ਹਾਂ ਦਾ ਹੈ ਇਹਦੇ ਵਿੱਚ, ਦੈਟ ਇਜ਼ ਰੈਸੀਪ੍ਰੋਕੇਟਿੰਗ ਕੰਪਰੈਸਰ ਐਂਡ ਰੋਟਰੀ ਕੰਪਰੈਸਰ। ਠੀਕ ਹੈ, ਸੋ ਦੋ ਤਰ੍ਹਾਂ ਦਾ ਏਅਰ ਕੰਪਰੈਸਰ ਯੂਜ਼ ਕਰਦੇ ਹਾਂ ਆਪਾਂ ਉਹਦੇ ਵਰਕਿੰਗ ਦੇ ਅਕੋਰਡਿੰਗ, ਰੈਸੀਪ੍ਰੋਕੇਟਿੰਗ ਕੰਪਰੈਸਰ ਐਂਡ ਰੋਟਰੀ ਕੰਪਰੈਸਰ। ਇੱਕ ਥਰਡ ਟਾਈਪ ਵੀ ਹੁੰਦੀ ਹੈ ਸੈਂਟਰੀਫਿਊਗਲ, ਬਟ ਉਹ ਇੱਕ ਰੋਟਰੀ ਕੰਪਰੈਸਰ ਦਾ ਹੀ ਸਭ ਪਾਰਟ ਹੈਗਾ। ਸੋ ਦੋ ਤਰ੍ਹਾਂ ਦੇ ਕੰਪਰੈਸਰ ਹੁੰਦੇ ਆ ਉਹਦੀ ਵਰਕਿੰਗ ਦੇ ਅਕੋਰਡਿੰਗ, ਦੈਟ ਇਜ਼ ਰੈਸੀਪ੍ਰੋਕੇਟਿੰਗ ਐਂਡ ਰੋਟਰੀ ਕੰਪਰੈਸਰ। ਸੈਕਿੰਡ ਜਿਹੜੀ ਕਲਾਸੀਫਿਕੇਸ਼ਨ ਹੈਗੀ ਆ ਉਹ ਹੈ ਅਕੋਰਡਿੰਗ ਟੂ ਨੰਬਰ ਆਫ ਸਟੇਜਸ, ਕਿ ਇੱਕ ਕੰਪਰੈਸਰ ਦੀਆਂ ਕਿੰਨੀਆਂ ਸਟੇਜ ਹੈਗੀਆਂ ਉਹਦੇ ਅਕੋਰਡਿੰਗ ਆਪਾਂ ਕਿਸ ਤਰ੍ਹਾਂ ਡਿਵਾਈਡ ਕਰ ਸਕਦੇ ਹਾਂ। ਸੋ ਦੈਟ ਇਜ਼ ਸਿੰਗਲ ਸਟੇਜ ਐਂਡ ਮਲਟੀ ਸਟੇਜ, ਇਹ ਦੋ ਕੈਟਾਗਰੀਜ਼ ਆ ਅਕੋਰਡਿੰਗ ਟੂ ਸਟੇਜ, ਸਿੰਗਲ ਸਟੇਜ ਕੰਪਰੈਸਰ ਐਂਡ ਮਲਟੀ ਸਟੇਜ ਕੰਪਰੈਸਰ। ਨੈਕਸਟ ਹੈ ਕਲਾਸੀਫਿਕੇਸ਼ਨ ਅਕੋਰਡਿੰਗ ਟੂ ਪ੍ਰਿੰਸੀਪਲ ਆਫ ਓਪਰੇਸ਼ਨ। ਠੀਕ ਹੈ, ਪ੍ਰਿੰਸੀਪਲ ਆਫ ਓਪਰੇਸ਼ਨ ਦਾ ਮਤਲਬ ਕੀ ਹੈ ਤੁਹਾਨੂੰ ਨੈਕਸਟ ਪਾਰਟ ਦੇ ਵਿੱਚ ਕਰਾਉਣਾ ਹੈ। ਇਹਦੇ ਅਕੋਰਡਿੰਗ ਦੋ ਕੈਟਾਗਰੀਜ਼ ਆ, ਪੋਜ਼ਿਟਿਵ ਡਿਸਪਲੇਸਮੈਂਟ ਕੰਪਰੈਸਰ ਐਂਡ ਡਾਇਨਮਿਕ ਡਿਸਪਲੇਸਮੈਂਟ ਕੰਪਰੈਸਰ।
ਠੀਕ ਹੈ ਸਰ, ਦੋਨਾਂ ਦੇ ਵਿੱਚ ਕੀ ਡਿਫਰੈਂਸ ਆ? ਉਹ ਜਦੋਂ ਆਪਾਂ ਪੋਜ਼ਿਟਿਵ ਡਿਸਪਲੇਸਮੈਂਟ ਐਂਡ ਡਾਇਨਾਮਿਕ ਡਿਸਪਲੇਸਮੈਂਟ ਪੜਾਂਗੇ, ਉਹਦੇ ਵਿੱਚ ਤੁਹਾਨੂੰ ਕਰਵਾਇਆ ਜਾਏਗਾ। ਠੀਕ ਹੈ, ਸੋ ਜਿਹੜੀ ਫੋਰਥ ਕਲਾਸੀਫਿਕੇਸ਼ਨ ਹੈਗੀ ਆ ਉਹ ਹੈਗੀ ਆ ਅਕੋਰਡਿੰਗ ਟੂ ਕੰਪਰੈਸਡ ਏਅਰ ਕਪੈਸਿਟੀ। ਸੋ ਕਪੈਸਿਟੀ ਕਿੰਨੀ ਆ ਉਹ ਇੱਕ ਏਅਰ ਕੰਪਰੈਸਰ ਦੀ, ਕੰਪਰੈਸ ਏਅਰ ਨੂੰ ਕੰਪਰੈਸ ਕਰਨ ਦੀ ਕਪੈਸਿਟੀ ਕਿੰਨੀ ਆ, ਦੈਟ ਇਜ਼ ਅਕੋਰਡਿੰਗ ਟੂ ਕੰਪਰੈਸਡ ਏਅਰ ਕਪੈਸਿਟੀ। ਇਹਦੇ ਅਕੋਰਡਿੰਗ ਤਿੰਨ ਤਰ੍ਹਾਂ ਦੇ ਹੁੰਦੇ ਆ ਏਅਰ ਕੰਪਰੈਸਰ: ਲੋ ਕਪੈਸਿਟੀ ਕੰਪਰੈਸਰ, ਮੀਡੀਅਮ ਕਪੈਸਿਟੀ ਕੰਪਰੈਸਰ ਐਂਡ ਹਾਈ ਕਪੈਸਿਟੀ ਕੰਪਰੈਸਰ। ਅਤੇ ਇਸ ਤੋਂ ਇਲਾਵਾ ਇੱਕ ਲਾਸਟ ਕਲਾਸੀਫਿਕੇਸ਼ਨ ਹੈਗੀ ਆ ਅਕੋਰਡਿੰਗ ਟੂ ਕੂਲਿੰਗ। ਸੋ ਇਹਦੇ ਅਕੋਰਡਿੰਗ ਵਾਟਰ ਕੂਲਡ ਏਅਰ ਕੰਪਰੈਸਰ ਐਂਡ ਏਅਰ ਕੂਲਡ ਏਅਰ ਕੰਪਰੈਸਰ। ਜਿਹੜਾ ਸਾਡੇ ਕੋਲ ਇੱਥੇ ਕਾਲਜ ਦੇ ਵਿੱਚ ਕੰਪਰੈਸਰ ਪਿਆ, ਦੈਟ ਇਜ਼ ਏਅਰ ਕੂਲਡ ਏਅਰ ਕੰਪਰੈਸਰ। ਠੀਕ ਹੈ, ਹਾਂਜੀ, ਇੱਥੇ ਤੱਕ ਕਿਸੇ ਨੂੰ ਕੋਈ ਡਾਊਟ ਹੋਵੇ ਬੇਟਾ? ਕਲਾਸੀਫਿਕੇਸ਼ਨ ਦੇ ਵਿੱਚ ਕੋਈ ਡਾਊਟ ਹੋਵੇ? ਹਾਂਜੀ, ਹੁਣ ਨੈਕਸਟ ਹੈਗਾ ਆ ਕਿ ਜਿਹੜਾ ਸਭ ਤੋਂ ਸਾਡਾ ਮੇਨ ਏਅਰ ਕੰਪਰੈਸਰ ਆ ਉਹ ਹੈਗਾ ਆ ਤੁਹਾਡਾ ਪੋਜ਼ਿਟਿਵ ਡਿਸਪਲੇਸਮੈਂਟ ਕੰਪਰੈਸਰ। ਆਪਾਂ ਸਭ ਤੋਂ ਪਹਿਲਾਂ ਟਾਈਪਸ ਕੀਤੀਆਂ ਸੀਗੀਆਂ ਕਿ ਉਹਦੀ ਵਰਕਿੰਗ ਦੇ ਅਕੋਰਡਿੰਗ ਕਿੰਨੇ ਤਰ੍ਹਾਂ ਦਾ ਹੁੰਦਾ ਕੰਪਰੈਸਰ। ਦੋ ਤਰ੍ਹਾਂ ਦੇ ਹੁੰਦੇ ਆ, ਪੋਜ਼ਿਟਿਵ ਡਿਸਪਲੇਸਮੈਂਟ ਕੰਪਰੈਸਰ ਐਂਡ ਡਾਇਨਾਮਿਕ ਡਿਸਪਲੇਸਮੈਂਟ ਕੰਪਰੈਸਰ। ਸੋ ਜਿਹੜੇ ਪੋਜ਼ਿਟਿਵ ਡਿਸਪਲੇਸਮੈਂਟ ਕੰਪਰੈਸਰ ਆ ਉਹ ਦੋ ਤਰ੍ਹਾਂ ਦੇ ਆ ਅੱਗੇ, ਰੈਸੀਪ੍ਰੋਕੇਟਿੰਗ ਐਂਡ ਰੋਟਰੀ। ਅਤੇ ਜਿਹੜੇ ਡਾਇਨਾਮਿਕ ਕੰਪਰੈਸਰ ਹੈਗੇ ਆ ਉਹ ਵੀ ਦੋ ਤਰ੍ਹਾਂ ਦੇ ਆ, ਸੈਂਟਰੀਫਿਊਗਲ ਐਂਡ ਐਕਸੀਅਲ। ਸੋ ਜਿਹੜਾ ਸਾਡੇ ਸਿਲੇਬਸ ਦੇ ਵਿੱਚ ਹੈਗੇ ਆ ਉਹ ਦੋ ਆ, ਇਹ ਸਿਰਫ ਰੈਸੀਪ੍ਰੋਕੇਟਿੰਗ ਐਂਡ ਰੋਟਰੀ, ਯਾਨੀ ਕਿ ਆਪਾਂ ਸਿਰਫ ਪੋਜ਼ਿਟਿਵ ਡਿਸਪਲੇਸਮੈਂਟ ਕੰਪਰੈਸਰ ਸਟੱਡੀ ਕਰਨੇ। ਠੀਕ ਹੈ ਜੀ, ਸੋ ਸਭ ਤੋਂ ਪਹਿਲਾਂ ਜਿਹੜਾ ਸਾਡਾ ਕੰਪਰੈਸਰ ਹੈਗਾ ਆ ਦੈਟ ਇਜ਼ ਰੈਸੀਪ੍ਰੋਕੇਟਿੰਗ ਕੰਪਰੈਸਰ, ਜਿਹੜਾ ਸਾਡੇ ਕੋਲ ਕਾਲਜ ਵੀ ਪਿਆ ਆ ਉਹ ਹੈਗਾ ਡਬਲ ਸਟੇਜ ਰੈਸੀਪ੍ਰੋਕੇਟਿੰਗ ਕੰਪਰੈਸਰ। ਠੀਕ ਹੈ, ਸੋ ਕਿਸ ਤਰ੍ਹਾਂ ਕੰਮ ਕਰਦਾ ਆ ਇਹ ਇੱਕ ਏਅਰ ਕੰਪਰੈਸਰ ਜਿਹੜਾ ਸੈਂਟਰੀ ਰੈਸੀਪ੍ਰੋਕੇਟਿੰਗ ਏਅਰ ਕੰਪਰੈਸਰ ਆ? ਆ ਵੀਡੀਓ ਦੇਖੋ, ਤੁਹਾਨੂੰ ਜ਼ਿਆਦਾ ਕਲੀਅਰ ਹੋਏਗਾ ਇਹਦੇ ਵਿੱਚੋਂ। ਆ ਇੱਕ ਰੈਸੀਪ੍ਰੋਕੇਟਿੰਗ ਦੇ ਸਿੰਪਲ ਫੰਕਸ਼ਨਿੰਗ ਦਿਖਾਈ ਗਈ ਆ। ਸੋ ਇੱਕ ਪਿਸਟਨ ਸਿਲੰਡਰ ਅਰੇਂਜਮੈਂਟ ਹੋਏਗਾ, ਠੀਕ ਹੈ, ਉਹਦੇ ਨਾਲ ਇੱਕ ਇਨਲੈਟ ਵਾਲਵ ਅਤੇ ਇੱਕ ਆਊਟਲੈਟ ਵਾਲਵ ਹੋਏਗਾ। ਚਾਰ ਸਟ੍ਰੋਕ ਹੁੰਦੇ ਆ ਕਿਸੇ ਵੀ ਇੰਜਨ ਦੇ ਵਿੱਚ: ਸਕਸ਼ਨ ਸਟ੍ਰੋਕ, ਕੰਪਰੈਸ਼ਨ ਸਟ੍ਰੋਕ, ਪਾਵਰ ਸਟ੍ਰੋਕ ਐਂਡ ਐਗਜ਼ੋਸਟ ਸਟ੍ਰੋਕ। ਸੋ ਜਦੋਂ ਕੰਪਰੈਸਰ ਦੀ ਮੋਟਰ ਔਨ ਕਰਾਂਗੇ ਉਸ ਟਾਈਮ 'ਤੇ ਸਾਡਾ ਸਟਾਰਟ ਹੋਏਗਾ ਸਕਸ਼ਨ ਸਟ੍ਰੋਕ। ਸੋ ਜਦੋਂ ਸਕਸ਼ਨ ਸਟ੍ਰੋਕ ਸਟਾਰਟ ਹੋਏਗਾ, ਜਿਹੜਾ ਇਨਲੈਟ ਵਾਲਵ ਆ ਉਹ ਓਪਨ ਹੋ ਜਾਏਗਾ, ਉਹਦੇ ਰਾਹੀਂ ਕੀ ਆਏਗੀ ਅੰਦਰ? ਫਰੈਸ਼ ਏਅਰ। ਠੀਕ ਹੈ, ਕਿਉਂਕਿ ਵੈਕਿਊਮ ਕ੍ਰੀਏਟ ਹੋਏਗਾ, ਸੋ ਅੰਦਰ ਫਰੈਸ਼ ਏਅਰ ਨੂੰ ਸੱਕ ਕਰੇਗਾ ਪਿਸਟਨ। ਸੋ ਇੱਥੋਂ ਜਿਹੜੀ ਫਰੈਸ਼ ਏਅਰ ਅੰਦਰ ਆਏਗੀ ਪਿਸਟਨ ਦੇ ਵਿੱਚ, ਠੀਕ ਹੈ, ਜਦੋਂ ਪਿਸਟਨ TDC ਤੋਂ BDC 'ਤੇ ਮੂਵ ਕਰੇਗਾ। ਸੋ ਜਦੋਂ ਫਰੈਸ਼ ਏਅਰ ਅੰਦਰ ਆ ਗਈ, ਠੀਕ ਹੈ, ਵੈਕਿਊਮ ਕ੍ਰੀਏਟ ਹੋਣ ਕਰਕੇ ਫਰੈਸ਼ ਏਅਰ ਅੰਦਰ ਸੱਕ ਹੋਗੀ, ਉਸ ਤੋਂ ਬਾਅਦ ਨੈਕਸਟ ਸਟ੍ਰੋਕ ਹੋਏਗਾ ਕੰਪਰੈਸ਼ਨ ਸਟ੍ਰੋਕ, ਜਿਹਦੇ ਵਿੱਚ ਏਅਰ ਕੰਪਰੈਸਰ ਏਅਰ ਨੂੰ ਕੰਪਰੈਸ ਕਰਦਾ ਹੈ। ਜਦੋਂ ਏਅਰ ਨੂੰ ਕੰਪਰੈਸ ਕਰਨਾ ਹੈ ਉਹਦਾ ਟੈਂਪਰੇਚਰ ਐਂਡ ਪ੍ਰੈਸ਼ਰ ਦੋਨੋਂ ਇਨਕਰੀਜ਼ ਕਰ ਜਾਣੇ। ਸੋ ਜਦੋਂ ਇਨਕਰੀਜ਼ ਕਰ ਜਾਣੇ ਆ ਉਸ ਟਾਈਮ 'ਤੇ ਜਦੋਂ ਪਿਸਟਨ BDC ਕੰਡੀਸ਼ਨ 'ਚ, ਯਾਨੀ ਕਿ ਬੋਟਮ ਡੈਡ ਸੈਂਟਰ ਤੋਂ ਟੋਪ ਡੈਡ ਸੈਂਟਰ ਤੱਕ ਮੂਵ ਕਰੇਗਾ, ਅਤੇ ਪ੍ਰੈਸ਼ਰ ਇਨਕਰੀਜ਼ ਹੋਣ ਤੋਂ ਬਾਅਦ ਜਿਹੜਾ ਆਊਟਲੈਟ ਵਾਲਵ ਹੈਗਾ ਆ ਉਹ ਓਪਨ ਹੋ ਜਾਏਗਾ, ਅਤੇ ਉੱਥੋਂ ਜਿਹੜਾ ਤੁਹਾਡੀ ਕੰਪਰੈਸਡ ਏਅਰ ਹੈਗੀ ਆ ਉਹ ਸਟੋਰੇਜ ਵੈਸਲ ਦੇ ਵਿੱਚ ਟ੍ਰਾਂਸਫਰ ਹੋ ਜਾਏਗੀ।
ਠੀਕ ਹੈ। ਸੋ ਇਸ ਤਰ੍ਹਾਂ ਇਹ ਵਰਕ ਕਰੇਗਾ, ਡਿਸਚਾਰਜ ਵਾਲਵ ਓਪਨ, ਤੇ ਇੱਥੋਂ ਜਿਹੜੀ 에ਅਰ ਹੈਗੀ ਆ ਉਹ ਤੁਹਾਡੀ ਸਟੋਰੇਜ ਵੈਸਲ ਦੇ ਵਿੱਚ ਟ੍ਰਾਂਸਫਰ ਹੋ ਜਾਏਗੀ। ਸੋ ਇਸ ਤਰ੍ਹਾਂ ਕੰਟੀਨਿਊਸ ਇਹ ਕੰਮ ਕਰਦਾ ਰਹੇਗਾ, ਫਰੈਸ਼ 에ਅਰ ਨੂੰ ਅੰਦਰ ਸੱਕ ਕਰਦਾ ਰਹੇਗਾ ਤੇ ਉਹਨੂੰ ਕੰਪਰੈਸ ਕਰਕੇ ਸਟੋਰੇਜ ਵੈਸਲ ਦੇ ਵਿੱਚ ਭੇਜਦਾ ਰਹੇਗਾ। ਸੋ ਇੱਕ ਸਿੰਪਲ ਪ੍ਰਿੰਸੀਪਲ ਸੀਗਾ ਸਿੰਗਲ ਸਟੇਜ ਰੈਸੀਪ੍ਰੋਕੇਟਿੰਗ 에ਅਰ ਕੰਪਰੈਸਰ ਦਾ। ਇਸੇ ਤਰ੍ਹਾਂ ਅਗਰ ਦੋ ਪਿਸਟਨ ਸਿਲੰਡਰ ਲੱਗੇ ਹੋਣ, ਠੀਕ ਹੈ, ਉਹਨੂੰ ਕਹਿੰਦੇ ਆ ਆਪਾਂ ਡਬਲ ਸਟੇਜ ਰੈਸੀਪ੍ਰੋਕੇਟਿੰਗ 에ਅਰ ਕੰਪਰੈਸਰ। ਸੋ ਉਹਦੇ ਵਿੱਚ ਕੀ ਆ ਕਿ ਜਦੋਂ ਇੱਥੋਂ ਆਊਟਲੈਟ ਵਾਲਵ ਤੋਂ ਓਪਨ ਹੋਣੀ ਆ ਤਾਂ ਉਹਨੇ ਨੈਕਸਟ ਪਿਸਟਨ ਸਿਲੰਡਰ ਅਰੇਂਜਮੈਂਟ ਦੇ ਵਿੱਚ ਗੈਸ ਚਲ ਜਾਣੀ ਆ, ਠੀਕ ਹੈ, ਉੱਥੇ ਉਹਨੇ ਹੋਰ ਕੰਪਰੈਸ ਹੋਣਾ ਹੈ, ਤੇ ਇਸ ਤਰ੍ਹਾਂ ਕਰਕੇ ਉਹ ਜ਼ਿਆਦਾ ਕਪੈਸਿਟੀ 'ਤੇ ਕੰਪਰੈਸ ਹੋ ਜਾਏਗੀ। ਸੋ ਜੇ 3 ਸਟੇਜ ਹੋਏਗਾ ਤਾਂ ਉਹਦੀ ਜਿਹੜੀ ਕੰਪਰੈਸਡ ਹੋਣ ਦੀ ਜਿਹੜੀ ਕਪੈਸਿਟੀ ਆ ਉਹ ਹੋਰ ਜ਼ਿਆਦਾ ਹੋਏਗੀ। ਸੋ ਜਿੰਨੀਆਂ ਜ਼ਿਆਦਾ ਸਟੇਜਸ ਹੋਣਗੀਆਂ ਉਨੀ ਹੀ ਜ਼ਿਆਦਾ ਗੈਸ ਹਾਈ ਪ੍ਰੈਸ਼ਰ 'ਤੇ ਕੰਪਰੈਸਡ ਹੋਊਗੀ। ਸੋ ਇਹ ਸੀਗਾ ਤੁਹਾਡਾ ਸਿੰਪਲ ਰੈਸੀਪ੍ਰੋਕੇਟਿੰਗ 에ਅਰ ਕੰਪਰੈਸਰ, ਠੀਕ ਹੈ, ਸਿੰਗਲ ਸਟੇਜ ਐਂਡ ਮਲਟੀ ਸਟੇਜ। ਉਸ ਤੋਂ ਬਾਅਦ ਤੁਹਾਡਾ ਆਉਂਦਾ ਆ ਇੱਕ ਕੰਪੋਨੈਂਟ, ਛੋਟਾ ਜਿਹਾ ਕੰਪੋਨੈਂਟ ਆ, ਦੈਟ ਇਜ਼ ਇੰਟਰਕੂਲਰ। ਇੰਟਰਕੂਲਰ ਕੀ ਹੁੰਦਾ ਹੈ? ਇੰਟਰਕੂਲਰ ਇੱਕ ਇਸ ਤਰ੍ਹਾਂ ਦਾ ਡਿਵਾਈਸ ਆ ਜੋ ਲੱਗਾ ਹੁੰਦਾ ਆ ਤੁਹਾਡੇ ਇੱਕ ਸਟੇਜ ਤੋਂ ਦੂਸਰੀ ਸਟੇਜ ਦੇ ਵਿੱਚ ਜਦੋਂ ਗੈਸ ਟ੍ਰਾਂਸਫਰ ਹੋਣੀ ਆ ਉਹਦੇ ਸੈਂਟਰ ਦੇ ਵਿੱਚ। ਯਾਨੀ ਕਿ ਜੋ ਡਬਲ ਸਟੇਜ 에ਅਰ ਕੰਪਰੈਸਰ ਆ, ਜਿਸ ਤਰ੍ਹਾਂ ਸਾਡੇ ਕਾਲਜ ਪਿਆ ਹੋਇਆ, ਤੁਸੀਂ ਪ੍ਰੈਕਟੀਕਲ ਪਰਫਾਰਮ ਕੀਤਾ ਸੀ ਡਬਲ ਸਟੇਜ 에ਅਰ ਕੰਪਰੈਸਰ, ਜਦੋਂ ਫਸਟ ਸਟੇਜ ਤੋਂ ਗੈਸ ਕੰਪਰੈਸ ਹੋ ਕੇ ਸੈਕਿੰਡ ਸਟੇਜ ਦੇ ਵਿੱਚ ਜਾਣੀ ਆ ਉਹਦੇ ਸੈਂਟਰ ਦੇ ਵਿੱਚ ਲੱਗਾ ਹੁੰਦਾ ਆ ਇੰਟਰਕੂਲਰ। ਇਹਦਾ ਕੰਮ ਕੀ ਆ ਕਿ ਗੈਸ ਦਾ ਜਿਹੜਾ ਟੈਂਪਰੇਚਰ ਆ, 에ਅਰ ਕੰਪਰੈਸਡ 에ਅਰ ਦਾ ਜਿਹੜਾ ਟੈਂਪਰੇਚਰ ਆ ਉਹਨੂੰ ਰਿਡਿਊਸ ਕਰਨਾ, ਕਿਉਂਕਿ ਜਦੋਂ 에ਅਰ ਕੰਪਰੈਸ ਹੁੰਦੀ ਆ ਉਹਦਾ ਟੈਂਪਰੇਚਰ ਐਂਡ ਪ੍ਰੈਸ਼ਰ ਇਨਕਰੀਜ਼ ਹੋ ਜਾਂਦਾ। ਸੋ ਇਸ ਕਰਕੇ ਇੱਕ ਇੰਟਰਕੂਲਰ ਲਗਾਇਆ ਜਾਂਦਾ ਹੈ ਤਾਂ ਜੋ ਜਿਹੜਾ ਟੈਂਪਰੇਚਰ ਇਨਕਰੀਜ਼ ਹੋਇਆ ਆ ਉਹ ਰਿਡਿਊਸ ਹੋ ਸਕੇ, ਠੀਕ ਹੈ। ਸੋ ਇਹੀ ਇੱਕ ਸਿੰਪਲ ਕੰਮ ਹੈਗਾ ਆ ਇੰਟਰਕੂਲਰ ਦਾ। ਹਾਂਜੀ, ਇੱਥੇ ਤੱਕ ਕਿਸੇ ਨੂੰ ਕੋਈ ਡਾਊਟ ਬੇਟਾ? ਹਾਂਜੀ ਪ੍ਰਿੰਸ ਹੀਰ, ਆਯੂਸ਼ ਪਤਰਾ, ਠੀਕ ਹੈ ਜੀ। ਸੋ ਨੈਕਸਟ ਜਿਹੜਾ ਹੁਣ ਸਾਡਾ ਕੰਪਰੈਸਰ ਹੈਗਾ ਆ ਦੈਟ ਇਜ਼ ਰੋਟਰੀ ਕੰਪਰੈਸਰ। ਹੁਣ ਰੋਟਰੀ ਕੰਪਰੈਸਰ ਵੀ ਦੋ ਤਰ੍ਹਾਂ ਦੇ ਹੁੰਦੇ ਆ, ਇੱਕ ਹੁੰਦਾ ਆ ਰੂਟ ਬਲੋਅਰ ਕੰਪਰੈਸਰ, ਇੱਕ ਹੁੰਦਾ ਆ ਵੇਨ ਬਲੋਅਰ ਕੰਪਰੈਸਰ, ਠੀਕ ਹੈ। ਸੋ ਇੱਕ ਹੁੰਦਾ ਆ ਰੂਟਸ ਬਲੋਅਰ ਕੰਪਰੈਸਰ ਐਂਡ ਵੇਨ ਬਲੋਅਰ ਕੰਪਰੈਸਰ। ਸੋ ਜਿਹੜਾ ਰੂਟਸ ਬਲੋਅਰ ਕੰਪਰੈਸਰ ਆ ਉਹਨੂੰ ਆਪਾਂ ਸਕਰਿਊ ਕੰਪਰੈਸਰ ਵੀ ਕਹਿ ਦਿੰਦੇ ਹਾਂ, ਠੀਕ ਹੈ। ਸੋ ਕਿਸ ਤਰ੍ਹਾਂ ਕੰਮ ਕਰਦਾ ਹੈ? ਸਿੰਪਲ ਵਰਕਿੰਗ ਆ, ਦੋ ਡਿਫਰੈਂਟ ਡਿਫਰੈਂਟ ਇੱਕ ਸਕਰਿਊ ਦੀ ਤਰ੍ਹਾਂ ਤੇ ਸ਼ਾਫਟਸ ਲੱਗੀਆਂ ਹੋਈਆਂ ਆ, ਉਹ ਐਂਟੀ ਡਾਇਰੈਕਸ਼ਨ ਦੇ ਵਿੱਚ ਮੂਵ ਕਰਦੀਆਂ, ਠੀਕ ਹੈ। ਇਹ ਹੈਗਾ ਤੁਹਾਡਾ ਰੋਟਰੀ ਕੰਪਰੈਸਰ ਦੀ ਫਸਟ ਟਾਈਪ, ਰੂਟਸ ਬਲੋਅਰ ਕੰਪਰੈਸਰ। ਵੀਡੀਓ ਦੇਖ ਲਓ, ਤੁਹਾਨੂੰ ਜ਼ਿਆਦਾ ਕਲੀਅਰ ਹੋਏਗਾ ਇਹਦੇ ਵਿੱਚ। ਠੀਕ ਹੈ। ਸੋ ਇਸ ਤਰ੍ਹਾਂ ਜਿਹੜੇ ਸ਼ਾਫਟ ਦੀਆਂ ਸਕਰੂਜ਼ ਹੈਗੀਆਂ ਉਹ ਮੂਵ ਕਰਨਗੀਆਂ ਐਂਟੀ ਡਾਇਰੈਕਸ਼ਨ ਦੇ ਵਿੱਚ, ਤੇ ਹਵਾ ਨੂੰ ਅੰਦਰ ਸੱਕ ਕਰਨਗੀਆਂ, ਤੇ ਜਦੋਂ ਜਿਹੜੀ ਫਰੈਸ਼ 에ਅਰ ਆ ਜਿਹੜੀ ਬਲੂ ਕਲਰ ਦੇ ਵਿੱਚ ਦਿਖਾਈ ਗਈ ਆ, ਜਦੋਂ ਉਹ ਅੰਦਰ ਆਏਗੀ ਤੇ
ਇਹਨਾਂ ਸਕਰੂਜ਼ ਦੇ ਸੈਂਟਰ ਦੇ ਵਿੱਚ ਮੂਵ ਕਰੇਗੀ ਤਾਂ ਉਹ ਹੌਲੀ ਹੌਲੀ ਕੀ ਹੋਏਗੀ, ਕੰਪਰੈਸਡ ਹੋ ਜਾਏਗੀ। ਸੋ ਜਦੋਂ ਕੰਪਰੈਸਡ ਹੋਏਗੀ ਉਹ ਕਲਰ ਦਿਖਾਇਆ ਗਿਆ ਰੈੱਡ, ਤੇ ਉਸ ਤੋਂ ਬਾਅਦ ਉਹ ਸਟੋਰੇਜ ਟੈਂਕ ਦੇ ਵਿੱਚ ਸਟੋਰ ਕਰ ਲਈ ਜਾਊਗੀ ਹਾਈ ਪ੍ਰੈਸ਼ਰ ਦੇ ਉੱਪਰ। ਸੋ ਜਦੋਂ ਫਰੈਸ਼ ਏਅਰ ਅੰਦਰ ਆਏਗੀ ਉਹਦਾ ਟੈਂਪਰੇਚਰ ਤੇ ਪ੍ਰੈਸ਼ਰ ਘੱਟ ਹੋਏਗਾ, ਬਟ ਜਦੋਂ ਉਹ ਕੰਪਰੈਸਡ ਹੋਗੀ ਉਹਦਾ ਟੈਂਪਰੇਚਰ ਐਂਡ ਪ੍ਰੈਸ਼ਰ ਇਨਕਰੀਜ਼ ਹੋ ਗਿਆ ਤੇ ਉਹ ਸਟੋਰੇਜ ਵੈਸਲ ਦੇ ਵਿੱਚ ਸਟੋਰ ਹੋਗੀ। ਇਹ ਹੈਗਾ ਤੁਹਾਡਾ ਰੂਟਸ ਬਲੋਅਰ ਕੰਪਰੈਸਰ, ਸਿੰਪਲ ਵਰਕਿੰਗ ਆ ਰੂਟਸ ਬਲੋਅਰ ਕੰਪਰੈਸਰ ਦੀ। ਠੀਕ ਹੈ, ਇਹਦੇ ਵਿੱਚ ਕਿਸੇ ਨੂੰ ਕੋਈ ਡਾਊਟ? ਸਰ ਦੁਬਾਰਾ ਦੱਸਿਓ ਇੱਕ ਵਾਰੀ। ਬੇਟਾ ਦੇਖੋ ਆ ਜਿਹੜਾ ਬਲੂ ਕਲਰ ਦੇ ਵਿੱਚ ਸ਼ੋ ਕੀਤਾ ਗਿਆ ਇੱਥੇ, ਇਹ ਹੈਗੀ ਹੈ ਤੁਹਾਡੀ ਫਰੈਸ਼ ਏਅਰ। ਠੀਕ ਹੈ, ਸੋ ਜਦੋਂ ਇਹਨੂੰ ਕੰਪਰੈਸਰ ਨੂੰ ਆਪਾਂ ਔਨ ਕਰਾਂਗੇ, ਜਦੋਂ ਇਹ ਮੂਵ ਕਰਨਗੀਆਂ, ਦੋ ਸਕਰੂਜ਼ ਮੂਵ ਕਰਦੀਆਂ ਪਈਆਂ ਆ, ਆ ਦੋ ਸਕਰੂਜ਼ ਮੂਵ ਕਰਦੀਆਂ, ਇਹ ਵੈਕਿਊਮ ਕ੍ਰੀਏਟ ਕਰ ਰਹੀਆਂ। ਜਦੋਂ ਵੈਕਿਊਮ ਕ੍ਰੀਏਟ ਹੋ ਗਿਆ, ਇਹ ਬਾਹਰੋਂ ਇਨਵਾਇਰਮੈਂਟਲ ਏਅਰ ਨੂੰ ਅੰਦਰ ਸੱਕ ਕਰਨਗੀਆਂ, ਖਿੱਚਣਗੀਆਂ ਅੰਦਰ, ਵੈਕਿਊਮ ਕ੍ਰੀਏਟ ਹੋਣ ਦੇ ਨਾਲ ਅੰਦਰ ਉਹਨੂੰ ਖਿੱਚਣਗੀਆਂ ਫਰੈਸ਼ ਏਅਰ ਨੂੰ। ਠੀਕ ਹੈ, ਤੇ ਜਦੋਂ ਫਰੈਸ਼ ਏਅਰ ਇਹਦੇ ਅੰਦਰ ਆ ਗਈ, ਠੀਕ ਹੈ, ਸੋ ਜਿਸ ਜਿਸ ਤਰ੍ਹਾਂ ਫਰੈਸ਼ ਏਅਰ ਇਹਨਾਂ ਸਕਰੂਜ਼ ਦੇ ਵਿੱਚ ਮੂਵ ਕਰੇਗੀ, ਉਹ ਹੌਲੀ ਹੌਲੀ ਕੀ ਹੁੰਦੀ ਜਾਏਗੀ, ਕੰਪਰੈਸਡ ਹੁੰਦੀ ਜਾਏਗੀ। ਠੀਕ ਹੈ, ਤੁਹਾਨੂੰ ਦਿਖਾਇਆ ਗਿਆ ਇੱਥੇ ਐਨੀਮੇਸ਼ਨ ਦੇ ਵਿੱਚ ਕਿ ਉਹਨਾਂ ਦਾ ਕਲਰ ਬਲੂ ਤੋਂ ਰੈੱਡ ਹੁੰਦਾ ਜਾਏਗਾ। ਕਿਉਂ ਹੁੰਦਾ ਜਾਏਗਾ? ਕਿਉਂਕਿ ਉਹ ਪ੍ਰੈਸ਼ਰ ਉਹਦਾ ਇਨਕਰੀਜ਼ ਹੁੰਦਾ ਜਾਏਗਾ ਤੇ ਟੈਂਪਰੇਚਰ ਵੀ ਇਨਕਰੀਜ਼ ਹੁੰਦਾ ਜਾਏਗਾ। ਸੋ ਜਦੋਂ ਜਿੰਦਾ ਜਿੰਦਾ ਏਅਰ ਇਹਨਾਂ ਦੇ ਵਿੱਚ ਮੂਵ ਕਰੇਗੀ, ਉਹਦਾ ਪ੍ਰੈਸ਼ਰ ਇਨਕਰੀਜ਼ ਹੋਏਗਾ, ਕੰਪਰੈਸਡ ਹੋ ਗਈ ਏਅਰ, ਇਸ ਤੋਂ ਬਾਅਦ ਇਹ ਨੀਚਿਓਂ ਦੀ ਸਟੋਰੇਜ ਵੈਸਲ ਦੇ ਵਿੱਚ ਟ੍ਰਾਂਸਫਰ ਹੋ ਜਾਏਗੀ। ਠੀਕ ਹੈ, ਸਿੰਪਲ ਵਰਕਿੰਗ ਹੈ ਇਹ ਹੈਗਾ ਤੁਹਾਡਾ ਰੂਟਸ ਬਲੋਅਰ ਕੰਪਰੈਸਰ। ਠੀਕ ਹੈ ਜੀ, ਕਲੀਅਰ ਹੈ? ਠੀਕ ਹੈ ਸਰ। ਹਾਂਜੀ, ਹੁਣ ਜਿਹੜਾ ਲਾਸਟ ਹੈਗਾ ਹੈ ਸਾਡਾ ਬੇਟਾ, ਦੈਟ ਇਜ਼ ਯੂਰ ਵੇਨ ਬਲੋਅਰ ਕੰਪਰੈਸਰ। ਵੇਨਸ ਬਲੋਅਰ ਕੰਪਰੈਸਰ ਇਹ ਵੀ ਇੱਕ ਰੋਟਰੀ ਕੰਪਰੈਸਰ ਦੀ ਟਾਈਪ ਹੈਗੀ ਆ। ਇਹਦੇ ਵਿੱਚ ਕਿਸ ਤਰ੍ਹਾਂ ਵਰਕਿੰਗ, ਉਹ ਦੇਖ ਲਓ। ਆਹ ਹੈਗਾ ਤੁਹਾਡਾ ਇੱਕ ਸਿੰਪਲ ਵੇਨ ਬਲੋਅਰ। ਠੀਕ ਹੈ, ਆ ਜਿਹੜੀਆਂ ਵਿੱਚ ਤੁਹਾਨੂੰ ਬਰੀਕ ਬਰੀਕ ਪਾਈਪਸ ਦਿਸ ਰਹੀਆਂ, ਇਹਨਾਂ ਨੂੰ ਕਹਿੰਦੇ ਆ ਵੇਨਸ। ਠੀਕ ਹੈ, ਸੋ ਆਹ ਹੈਗੀ ਤੁਹਾਡੀ ਇਨਲੈਟ, ਆਹ ਹੈਗੀ ਤੁਹਾਡੀ ਆਊਟਲੈਟ। ਠੀਕ ਹੈ, ਇੱਕ ਸਾਈਡ ਤੋਂ ਹਵਾ ਅੰਦਰ ਖਿੱਚੇਗਾ, ਇੱਕ ਸਾਈਡ ਤੋਂ ਕੰਪਰੈਸਡ ਕਰਕੇ ਉਹਨੂੰ ਬਾਹਰ ਥਰੂ ਆਊਟ ਕਰੇਗਾ। ਇਹਦੇ ਵਿੱਚ ਸਪ੍ਰਿੰਗਸ ਅੱਗੇ ਹੁੰਦੇ ਆ ਵੇਨਸ ਦੇ ਵਿੱਚ, ਜਿਹੜੇ ਕੰਟਰੈਕਟ ਹੁੰਦੇ ਆ ਤੇ ਐਕਸਪੈਂਡ ਹੁੰਦੇ ਆ। ਠੀਕ ਹੈ, ਆ ਸਪ੍ਰਿੰਗਸ ਆ ਜਿਹੜੇ ਯੈਲੋ ਕਲਰ ਦੇ ਵਿੱਚ ਦਿਖਾਏ ਗਏ। ਠੀਕ ਹੈ, ਹੁਣ ਜਿਸ ਸਾਈਡ ਤੇ ਵੇਨਸ ਜਦੋਂ ਫੈਲ ਗਈਆਂ ਏਰੀਆ ਜ਼ਿਆਦਾ ਆ, ਠੀਕ ਆ, ਆਹ ਵੇਨਸ ਦੀ ਲੈਂਥ ਜ਼ਿਆਦਾ ਆ, ਇੱਥੇ ਏਰੀਆ ਜ਼ਿਆਦਾ ਆ, ਇਹ ਅੰਦਰ ਕੀ ਕਰ ਰਿਹਾ ਹੈ, ਅੰਦਰ ਵੈਕਿਊਮ ਕ੍ਰੀਏਟ ਕਰ ਰਿਹਾ ਤੇ ਉਹਦੇ ਨਾਲ ਫਰੈਸ਼ ਏਅਰ ਅੰਦਰ ਆ ਰਹੀ ਆ। ਬਟ ਜਿਸ ਜਿਸ ਤਰ੍ਹਾਂ ਇਹ ਰੋਟੇਟ ਕਰੇਗਾ, ਜਿਸ ਜਿਸ ਤਰ੍ਹਾਂ ਇਹ ਰੋਟੇਟ ਕਰੇਗਾ, ਜਿਹੜੀ ਆ ਲੈਂਥ ਹੈਗੀ ਆ ਵੇਨਸ ਦੀ ਲੈਂਥ ਹੈਗੀ ਆ, ਇਹ ਰਿਡਿਊਸ ਕਰ ਰਹੀ ਆ। ਸੋ ਜੋ ਏਰੀਆ ਰਿਡਿਊਸ ਹੋ ਰਿਹਾ, ਯਾਨੀ ਕਿ ਜਿਹੜੀ ਏਅਰ ਹੈਗੀ ਆ ਉਹ ਕੰਪਰੈਸਡ ਹੋ ਰਹੀ ਆ, ਉਹਦਾ ਪ੍ਰੈਸ਼ਰ ਇਨਕਰੀਜ਼ ਹੋ ਰਿਹਾ। ਸੋ ਜਦੋਂ ਇਹ ਕੰਡੀਸ਼ਨ ਆਏਗੀ ਉਦੋਂ ਕੀ ਆ, ਏਅਰ ਕੰਪਰੈਸ ਹੋ ਜਾਏਗੀ ਤੇ ਅੱਗੇ ਸਟੋਰੇਜ ਵੈਸਲ ਦੇ ਵਿੱਚ ਉਹ ਟ੍ਰਾਂਸਫਰ ਹੋ ਜਾਏਗੀ, ਤੇ ਕੰਪਰੈਸਡ ਏਅਰ ਸਟੋਰੇਜ ਵੈਸਲ ਦੇ ਵਿੱਚ ਸਟੋਰ ਹੋ ਜਾਏਗੀ। ਠੀਕ ਹੈ ਬੇਟਾ, ਸਿੰਪਲ ਵਰਕਿੰਗ ਆ ਵੇਨ ਬਲੋਅਰ ਏਅਰ ਕੰਪਰੈਸਰ ਦੀ। ਕਲੀਅਰ ਹੈ? ਹਾਂਜੀ ਸਰ। ਠੀਕ ਹੈ,
ਇਸ ਤੋਂ ਬਾਅਦ ਬੇਟਾ ਤੁਹਾਡਾ ਸਿਰਫ ਇੱਕ ਟੌਪਿਕ ਰਹਿ ਗਿਆ, ਦੈਟ ਇਜ਼ ਸੈਂਟਰੀਫਿਊਗਲ ਕੰਪ੍ਰੈਸਰ, ਠੀਕ ਹੈ, ਉਹ ਆਪਾਂ ਨੈਕਸਟ ਲੈਕਚਰ ਦੇ ਵਿੱਚ ਕਰਾਂਗੇ, ਅਤੇ ਇੱਕ ਟੌਪਿਕ ਰਹਿ ਗਿਆ ਤੁਹਾਡਾ ਡਿਫਰੈਂਸ ਬਿਟਵੀਨ ਰੈਸੀਪ੍ਰੋਕੇਟਿੰਗ ਐਂਡ ਰੋਟਰੀ ਕੰਪ੍ਰੈਸਰ, ਠੀਕ ਹੈ, ਜਿਹੜੇ ਆਪਾਂ ਦੋਨੋਂ ਪੜ੍ਹੇ ਆ ਰੈਸੀਪ੍ਰੋਕੇਟਿੰਗ ਐਂਡ ਰੋਟਰੀ ਕੰਪ੍ਰੈਸਰ, ਉਹਨਾਂ ਦਾ ਇੱਕ ਵਾਰ ਡਿਫਰੈਂਸ ਕਰਾਂਗੇ ਨੈਕਸਟ ਲੈਕਚਰ ਦੇ ਵਿੱਚ, ਠੀਕ ਹੈ ਜੀ।